ਚੱਲ ਸਤਿ ਸ੍ਰੀ ਅਕਾਲ ਦੋਸਤੋ ਅਸੀਂ ਅੱਜ ਰੋਸ ਯਾਤਰਾ ਦਾ ਤੀਸਰਾ ਦਿਨ ਹੈਗਾ ਅੰਮ੍ਰਿਤਸਰ ਤੋਂ ਤੁਰੇ ਸੀ ਬਿਆਸ ਫਿਰ ਜਲੰਧਰ ਅੱਜ ਖੱਟੜ ਕਲਾਂ ਭਗਤ ਸਿੰਘ ਉਹਨਾਂ ਦੇ ਪਿੰਡ 'ਤੇ ਜਾ ਕੇ ਰਾਤ ਗੁਜ਼ਾਰਨੀ ਹੈ ਅਸੀਂ ਬੰਗਾ ਮੰਡੀ ਦੇ ਵਿੱਚ ਖੜਿਆ ਅਨਾਜ ਮੰਡੀ ਬੰਗਾ ਮੰਡੀ ਦੇ ਵਿੱਚ ਮੱਕੀ ਦੀ ਫਸਲ ਆਈ ਹੋਈ ਆ ਤੁਸੀਂ ਦੇਖ ਸਕਦੇ ਹੋ ਮੱਕੀ ਦੀ ਫਸਲ ਮੈਂ ਇਸ ਕਰਕੇ ਇਸ ਮੰਡੀ ਦੇ ਵਿੱਚ ਆਇਆ ਜਿਹੜੇ ਲੋਕ ਐਮ ਐਸ ਪੀ ਦਾ ਰੌਲਾ ਪਾਉਂਦੇ ਆ ਨਾ ਭੰਬੜ ਭੂਸਾ ਖੜਾ ਕਰਦੇ ਆ ਜਿਵੇਂ ਸੁਖਵੀਰ ਬਾਦਲ ਐਂਡ ਕੰਪਨੀ ਲੱਗੀ ਹੋਈ ਆ ਗੁੰਮਰਾਹ ਕਰਨ ਵਾਸਤੇ ਸਿਰਫ ਅਤੇ ਸਿਰਫ ਆਪਣੀ ਤੀਵੀਂ ਦੀ ਵਜਾਰਤ ਬਚਾਉਣੀ ਵੀ ਮੇਰੀ ਘਰਵਾਲੀ ਦੀ ਕੁਰਸੀ ਕਿੱਦਾਂ ਬਚਦੀ ਆ ਮੈਂ ਉਹਦਾ ਸੱਚ ਤੁਹਾਡੇ ਸਾਹਮਣੇ ਲੈ ਕੇ ਆਉਣ ਲੱਗਿਆ ਉਹ ਕਹਿੰਦਾ ਐਮ ਐਸ ਪੀ ਨਹੀਂ ਛੁੱਟੂਗੀ ਬਾਦਲ ਦੇ ਲੀਡਰ ਅਤੇ ਸੁਖਵੀਰ ਬਾਦਲ ਇਹ ਕਹਿੰਦੇ ਆ ਵੀ ਐਮ ਐਸ ਪੀ ਖਤਮ ਨਹੀਂ ਹੋਊਗੀ ਮੈਂ ਦੱਸਣ ਲੱਗਿਆ ਵੀ ਐਮ ਐਸ ਪੀ ਹੈ ਕੀ ਆ ਇਹ ਮੱਕੀ ਦੀ ਫਸਲ ਦੇ ਉੱਤੇ ਐਮ ਐਸ ਪੀ ਹੈਗੀ ਆ ਦਾਲਾਂ ਦੇ ਉੱਤੇ ਐਮ ਐਸ ਪੀ ਹੈਗੀ ਆ ਕਣਕ ਦੇ ਉੱਤੇ ਐਮ ਐਸ ਪੀ ਆ ਚਾਵਲ ਦੇ ਉੱਤੇ ਐਮ ਐਸ ਪੀ ਆ ਨਰਮੇ ਕਪਾਹ ਦੇ ਉੱਤੇ ਐਮ ਐਸ ਪੀ ਆ ਪੰਜਾਬ ਦੇ ਅੰਦਰ ਤਿੰਨ ਫਸਲਾਂ ਜਿਹੜੀਆਂ ਨੇ ਉਹ ਐਮ ਐਸ ਪੀ ਅਨੁਸਾਰ ਖਰੀਦੀਆਂ ਜਾਂਦੀਆਂ ਨੇ ਕਣਕ ਚਾਵਲ ਅਤੇ ਕਪਾਹ ਹੁਣ ਲੜਦੇ ਆ ਕੇਂਦਰ ਦੇ ਵੀ ਇਹ 8% ਜਿਹੜਾ ਚੱਲਿਆ ਜਾਂਦਾ ਤਕਰੀਬਨ 4000 ਕਰੋੜ ਰੁਪਈਆ ਵੀ ਉਹ ਪੰਜਾਬ ਦੀ ਜੇਬ 'ਚੋਂ ਕੱਢਣਾ ਕਿਵੇਂ ਆ ਜਿਹੜਾ ਖੇਤੀ ਸੁਧਾਰ ਆਰਡੀਨੈਂਸ ਬਣਾਇਆ ਗਿਆ ਇਹ ਐਮ ਐਸ ਪੀ ਬਾਦਲ ਕਹਿ ਰਿਹਾ ਮੈਂ ਸਹਿਮਤ ਆਉਂਦੀ ਗੱਲ ਨਾਲ ਵੀ ਐਮ ਐਸ ਪੀ ਨਹੀਂ ਟੁੱਟਣੀ ਐਮ ਐਸ ਪੀ ਬਰਕਰਾਰ ਰਹੂਗੀ ਹੁਣ ਐਮ ਐਸ ਪੀ ਦਾ ਤੁਹਾਨੂੰ ਮੈਂ ਸੱਚ ਦੱਸਣ ਲੱਗਿਆ ਇਹ ਕਿਸਾਨ ਹੈਗਾ ਬੈਂਸਾ ਪਿੰਡ ਤੋਂ ਸਰਦਾਰ ਤੀਰਥ ਸਿੰਘ ਇਹਨਾਂ ਦੀ ਭਰੀ ਹੋਈ ਮੱਕੀ ਦੇ ਨਾਲ ਬੋਲੀ ਲੱਗੀ 650 ਰੁਪਈਏ ਕੁਇੰਟਲ ਮੱਕੀ ਦਾ ਭਾਅ ਲਾਇਆ ਇਹਨਾਂ ਦੀ ਦਾ ਐਮ ਐਸ ਪੀ ਕਿੰਨੀ ਆ ਮੱਕੀ ਦੀ ਐਮ ਐਸ ਪੀ ਹੈਗੀ 1850 ਰੁਪਈਏ ਪ੍ਰਤੀ ਕੁਇੰਟਲ 650 ਪ੍ਰਾਈਵੇਟ ਜਿਹੜੇ ਵਪਾਰੀ ਆ 650 ਰੁਪਈਆ ਮੁੱਲ ਆਇਆ ਅਤੇ 1850 ਰੁਪਈਆ ਐਮ ਐਸ ਪੀ ਆ ਕੋਈ ਏਜੰਸੀ ਨਹੀਂ ਇਸ ਮੰਡੀ ਦੇ ਵਿੱਚ ਆਈ 650 ਰੁਪਈਏ ਖਰੀਦਣ ਵਾਸਤੇ ਅਗਲੇ ਸਾਲ ਕੀ ਹੋਣਾ ਐਮ ਐਸ ਪੀ ਰਹਿਣੀ ਆ ਕਣਕ ਦੇ ਉੱਤੇ ਐਮ ਐਸ ਪੀ ਰਹਿਣੀ ਆ ਝੋਨੇ ਦੇ ਉੱਤੇ ਪਰ ਕਿਸੇ ਸਰਕਾਰੀ ਖਰੀਦ ਏਜੰਸੀ ਨੇ ਕਣਕ ਅਤੇ ਝੋਨਾ ਖਰੀਦਣ ਨਹੀਂ ਆਉਣਾ ਗੱਲ ਜੇ ਫੰਡੇ ਨਾਲ ਸਮਝ ਲਓ ਇਹ ਰੇੜਾ ਤੁਹਾਨੂੰ ਭੰਬਲ ਭੂਸਾ ਪਾ ਕੇ ਗੁੰਮਰਾਹ ਕਰਦੇ ਆ ਸਮਝ ਲਓ ਜੋ ਹਾਲ ਮੱਕੀ ਦਾ ਹੋ ਰਿਹਾ ਨਾ 1850 ਦੇ ਵਿੱਚ ਐਮ ਐਸ ਪੀ ਅਤੇ 650 ਨੂੰ ਨਹੀਂ ਵਿਕ ਰਹੀ ਇਹੀ ਹਾਲ ਕਣਕ ਔਰ ਚਾਵਲ ਦਾ ਅਤੇ ਨਰਮੇ ਕਪਾਹ ਦਾ ਹੋਣਾ ਇਸ ਕਰਕੇ ਜਿਹੜਾ ਕਾਲਾ ਕਾਨੂੰਨ ਖੇਤੀ ਸੁਧਾਰ ਆਰਡੀਨੈਂਸ ਆ ਜਿਹੜਾ ਡਿਕਟੇਟਰ ਬਣ ਕੇ ਮੋਦੀ ਨੇ ਪੰਜਾਬ ਦੀ ਆਰਥਿਕਤਾ ਤਬਾਹ ਕਰਨ ਵਾਸਤੇ ਪੰਜਾਬ ਦੇ ਕਿਸਾਨ ਦੀ ਜ਼ਮੀਨ ਪੰਜਾਬ ਦੇ 75% ਜਿਹੜੇ ਮੱਧ ਵਰਗੀ ਅਤੇ ਛੋਟੇ ਕਿਸਾਨ ਉਹਨਾਂ ਨੂੰ ਬੇਜ਼ਮੀਨਾ ਕਰਨ ਵਾਸਤੇ ਇਹ ਖੁਫੀਆ ਸੁਰੰਗ ਪੱਟੀ ਆ ਇਸ ਸੁਰੰਗ ਦੇ ਵਿਰੁੱਧ ਇਸ ਕਾਲੇ ਕਾਨੂੰਨ ਦੇ ਵਿਰੁੱਧ ਦੋਸਤੋ ਇਕੱਠੇ ਹੋ ਜਾਓ ਕਿਹੜੇ ਪਿੰਡ ਤੋਂ ਤੁਸੀਂ ਬੈਂਸ ਪਿੰਡ ਤੋਂ ਤੀਰਥ ਸਿੰਘ ਨਾਮ ਤੁਹਾਡਾ ਤੁਸੀਂ ਇਹ ਮੱਕੀ ਦੀ ਟਰਾਲੀ ਲੈ ਕੇ ਆਏ ਕੀ ਭਾਅ ਲੱਗਿਆ ਮੱਕੀ ਦਾ 600 ਤੋਂ 500 ਤੋਂ ਸ਼ੁਰੂ ਹੋਈ ਆ 750 500 ਤੋਂ ਸ਼ੁਰੂ ਹੋਏ ਸੀ ਖਤਮ ਕਿੱਥੇ ਹੋਏ 750 ਤੁਸੀਂ 750 ਨੂੰ ਨਹੀਂ ਇਹ ਦੋਸਤ ਨੇ 850 ਹੁਣ 750 ਇਹਨਾਂ ਦੀ ਮੱਕੀ ਹੋ ਸਕਦਾ ਕੁਆਲਿਟੀ ਜੇ ਥੋੜ੍ਹੀ ਗੁੱਡ ਹੋਵੇ ਸੁੱਕੀ ਹੋਵੇ 850 1850 ਰੁਪਈਆ ਐਮ ਐਸ ਪੀ ਇਹ 15 ਦਿਨ ਤੋੜ ਕੇ ਲੋਕਲ ਪੁਆਇੰਟ ਤੇ ਸਿੱਟੀ ਰੱਖੀ ਜੀ 15 ਦਿਨ ਤੋੜ ਕੇ ਗੱਠਾਂ ਤੋੜੀਆਂ 6500 ਰੁਪਏ ਨੂੰ ਗੱਠਾਂ ਲੜਾਈਆਂ ਜੀ 15 ਦਿਨ ਤੋੜ ਕੇ ਸਿੱਟੀ ਰੱਖੀ ਹੁਣ ਮੋਟਾ ਜਿਹਾ ਅੰਦਾਜ਼ਾ ਲਾ ਲਓ ਤੁਸੀਂ 850 ਇਹ ਛੋਟੇ ਵੀਰ ਕੀ ਨਾਮ ਤੁਹਾਡਾ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਇੱਕ ਕਿਸਾਨ ਦਾ ਨਾਂ 850 ਰੁਪਈਏ ਕੁਇੰਟਲ ਵੇਚ ਕੇ ਚੱਲਿਆ ਤੇ ਐਮ ਐਸ ਪੀ ਹੈਗੀ 1850 1000 ਦਾ ਇਹ ਘਾਟਾ ਪਾ ਕੇ ਚੱਲਿਆ ਇੱਕ ਕੁਇੰਟਲ ਮਗਰ 15 ਦਿਨ ਰੁਲਿਆ ਹੈ ਦੋਸਤ ਮੰਡੀ ਦੇ ਵਿੱਚ ਉੱਥੇ ਇਹ ਹਾਲ ਹੈਗਾ ਆਵਾਰਾ ਜਾਨਵਰ ਤੰਗ ਕਰਦੇ ਜੀ ਆਵਾਰਾ ਜਾਨਵਰਾਂ ਦੀ ਰਾਖੀ ਉੱਥੇ 15 ਦਿਨ ਰਾਤ ਮੰਡੀ 'ਚ ਮੰਜਾ ਡਾਹ ਕੇ ਮੈਂ ਨਹੀਂ ਬੋਲਦਾ ਹੁਣ ਇਹ ਕਿਸਾਨ ਬੋਲਦੇ ਆ ਆਵਾਰਾ ਜਾਨਵਰਾਂ ਦੀ ਰਾਖੀ ਕਿੱਥੇ ਕਿੱਥੇ ਜ਼ਿਮੀਂਦਾਰ ਭੱਜ ਲੂਗਾ ਜੀ ਕਿਸੇ ਹੋਰ ਨੇ ਵੇਚੀ ਮੱਕੀ ਕੋਈ ਹੋਰ ਕਿਸਾਨ ਹੈਗਾ ਜਿਹਨੇ ਮੱਕੀ ਵੇਚੀ ਹੋਵੇ ਵੇਚਣ ਆਇਆ ਜਾਂ ਵੇਚਣ ਆਇਆ ਹੋਵੇ ਅੱਜ ਦੇ ਨਾਲ ਮੱਕੀ ਦਿਖਾ ਦੇਵੇ ਟਰੈਕਟਰ ਕਿਸਾਨ ਨੂੰ ਵੀ ਛੱਡ ਕੇ ਘਰਾਂ ਨੂੰ ਚੱਲ ਗਏ ਹੈਗਾ ਤੇ ਗੁਰਦੇਵ ਕਿਹੜੀ ਸੀ ਮੇਰੇ ਆ ਜੋ ਅੰਦਰ ਛੱਡ ਕੇ ਮੇਰੇ ਆ ਯੋ 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 ਅੰਦਰ ਛੱਡ ਕੇ ਮੇਰ
बाकी रुक जाओ यार, बाकी रुक जाओ भाई। ਵਧੀਆ ਵਧੀਆ ਮੈਨੂੰ ਕੀ ਆ ਗਿਆ।